ਮੈਂ ਇਸ ਵੇਲੇ ਡੱਬਵਾਲੀ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਹਾਂ, ਜਿਸ ਨੂੰ ਸਥਾਈ ਜੇਲ੍ਹ ਬਣਾਇਆ ਗਿਆ। ਇੱਕ ਵਾਰ ਤਸਵੀਰਾਂ ਵੇਖ ਲਓ ਕਿ ਇਸ ਸਟੇਡੀਅਮ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਰੱਖਿਆ ਜਾਏਗਾ ਜਿਹੜੇ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਦਾਖਲ ਹੋਣਗੇ। ਕਾਫੀ ਵੱਡਾ ਸਟੇਡੀਅਮ ਹੈ ਇਹ। ਇਸ ਸਟੇਡੀਅਮ ਨੂੰ ਹਰਿਆਣਾ ਪ੍ਰਸ਼ਾਸਨ ਨੇ, ਹਰਿਆਣਾ ਪੁਲਿਸ ਨੇ ਸਥਾਈ ਜੇਲ੍ਹ ਬਣਾ ਦਿੱਤਾ ਹੈ, ਕਿਉਂਕਿ ਕਿਸਾਨਾਂ ਨੂੰ ਇੱਥੇ ਡਿਟੇਨ ਕਰਕੇ ਰੱਖਿਆ ਜਾਏਗਾ। ਅਗਰ ਕੋਈ ਵੀ ਕਿਸਾਨ ਕਾਨੂੰਨ ਨੂੰ ਹੱਥ ਦੇ ਵਿੱਚ ਲੈਂਦੇ ਨੇ, ਕਾਨੂੰਨ ਨੂੰ ਤੋੜਦੇ ਨੇ, ਤਾਂ ਉਹਨਾਂ ਕਿਸਾਨਾਂ ਨੂੰ ਇਸ ਜਗ੍ਹਾ 'ਤੇ ਰੱਖਿਆ ਜਾ ਸਕਦਾ। ਹਾਲਾਂਕਿ ਹਰਿਆਣਾ ਪੁਲਿਸ ਹੈ ਉਹ ਕਾਫੀ ਮੁਸ਼ਤੈਦ ਨਜ਼ਰ ਆ ਰਹੀ ਹੈ, ਪੱਬਾਂ ਭਾਰ ਪੁਲਿਸ ਨਜ਼ਰ ਆ ਰਹੀ ਹੈ, ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਪੁਲਿਸ ਕਹਿ ਰਹੀ ਹੈ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਨਹੀਂ ਦਿੱਤਾ ਜਾਏਗਾ। ਕੋਈ ਵੀ ਕਾਨੂੰਨ ਤੋੜੇਗਾ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਹੋਏਗੀ। ਤਾਂ ਕਰਕੇ ਚਾਹੇ ਉਹ ਡੱਬਵਾਲੀ ਨੂੰ ਆਉਣ ਵਾਲੇ ਜਿੰਨੇ ਵੀ ਰਾਸਤੇ ਨੇ ਜਿਹੜੇ ਪੰਜਾਬ ਤੋਂ ਆਉਂਦੇ ਨੇ, ਚਾਹੇ ਮੁਕਤਸਰ ਦਾ ਰਸਤੇ ਹੋਵੇ, ਚਾਹੇ ਬਠਿੰਡਾ ਦਾ ਰਸਤਾ ਹੋਵੇ, ਉਹਨਾਂ ਦੇ ਉੱਪਰ ਹਰਿਆਣਾ ਪੁਲਿਸ ਦੇ ਜਵਾਨ ਨੇ ਕਾਫੀ ਵੱਡੀ ਗਿਣਤੀ ਵਿੱਚ ਤੈਨਾਤ ਨੇ ਬੈਰੀਕੇਡ ਲਾਏ ਹੋਏ ਨੇ। ਹਾਲਾਂਕਿ ਜੇ ਇਸ ਵਾਰ ਦੀ ਗੱਲ ਕੀਤੀ ਜਾਵੇ, ਇਸ ਵਾਰ ਓਨੀ ਗਿਣਤੀ ਵਿੱਚ ਕਿਸਾਨ ਹੈ ਜਿਹੜੇ ਉਹ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਨਹੀਂ ਆ ਰਹੇ, ਪਰ ਫਿਰ ਵੀ ਕਿਤੇ ਨਾ ਕਿਤੇ ਪੁਲਿਸ ਹੈ ਉਹ ਆਪਦੇ ਤੌਰ 'ਤੇ ਮੁਸਤੈਦ ਨਜ਼ਰ ਆ ਰਹੀ ਹੈ। ਹਰਿਆਣਾ ਪੁਲਿਸ ਦੇ ਜਵਾਨ ਖੜ੍ਹੇ ਨੇ, ਅਫਸਰ ਖੜ੍ਹੇ ਨੇ, ਸਾਰੀ ਪੂਰੀ ਦੀ ਪੂਰੀ ਟੀਮ ਇੱਥੇ ਮੌਜੂਦ। ਆਪਾਂ ਗੱਲਬਾਤ ਵੀ ਕਰਦੇ ਹਾਂ ਸਰ, ਇਸ ਸਟੇਡੀਅਮ ਕੇ ਬਾਹਰ ਪੁਲਿਸ ਲਗਾਈ ਹੈ, ਕਿਆ ਟੈਂਪਰੇਰੀ ਜੇਲ੍ਹ ਇਸ ਕੋ ਨਿਯੁਕਤ ਕੀਆ ਗਿਆ, ਕਿਆ ਸਰ ਕਿਸ ਤਰ੍ਹਾਂ ਕੇ ਇੰਤਜ਼ਾਮ ਕੀਏ ਗਏ ਹੈ ਜੇਲ੍ਹ ਕੋ ਲੈ ਕੇ, ਟੈਂਪਰੇਰੀ ਜੇਲ੍ਹ ਇਸ ਕੋ ਘੋਸ਼ਿਤ ਕੀਆ ਗਿਆ? ਨਹੀਂ, ਜੇਲ੍ਹ ਕਾ ਹਮਾਰਾ ਕੋਈ ਨਹੀਂ, ਹਮ ਤੋ ਪਹਿ ਵੈਸੇ ਪੈਟਰੋਲਿੰਗ ਡਿਊਟੀ ਪੇ ਹੈ, ਪੈਟਰੋਲਿੰਗ ਡਿਊਟੀ ਕਰ ਰਹੇ ਹੈ। ਤੋ ਕਿਤਨਾ ਬੜਾ ਸਟੇਡੀਅਮ ਹੈ, ਕਿਤਨੇ ਲੋਕ ਯਹਾਂ ਪੇ ਠਹਿਰ ਸਕਤੇ ਹੈਂ? ਕਾਫੀ ਬੜਾ ਸਟੇਡੀਅਮ ਲੱਗ ਰਿਹਾ ਹੈ ਮੁਝੇ। ਇਸ ਬਾਰੇ ਮੇਂ ਮੇਰੀ ਡਿਊਟੀ ਨਹੀਂ ਹੈ, ਮੇਰੀ ਡਿਊਟੀ ਪੈਟਰੋਲਿੰਗ ਪੇ ਲਗਾਈ ਹੈ, ਪੈਟਰੋਲਿੰਗ ਕੇ ਲੀਏ। ਬਿਲਕੁਲ, ਬੇਸ਼ੱਕ ਟੈਂਪਰੇਰੀ ਤੌਰ ਤੇ ਇਸ ਨੂੰ ਜੇਲ੍ਹ ਜ਼ਰੂਰ ਘੋਸ਼ਿਤ ਕੀਤਾ ਗਿਆ, ਪਰ ਪੁਲਿਸ ਦੇ ਅਫਸਰ ਨੇ ਉਹ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਦੇ, ਕਹਿ ਰਹੇ ਹੈ ਕਿ ਸਾਡੀ ਡਿਊਟੀ ਲਾਅ ਐਂਡ ਆਰਡਰ ਹੈ, ਸਾਡੀ ਡਿਊਟੀ ਟ੍ਰੈਫਿਕ ਹੈ, ਸਾਡੀ ਡਿਊਟੀ ਬੰਦੋਬਸਤ ਵੇਖ ਰਹੇ ਨੇ। ਪਰ ਤੁਸੀਂ ਇੱਕ ਵਾਰ ਤਸਵੀਰਾਂ ਦੇਖ ਲਓ ਕਿ ਕਾਫੀ ਵੱਡਾ ਸਟੇਡੀਅਮ ਹੈ, ਜਿਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਵਿੱਚ ਦੋ ਇਸ ਤਰ੍ਹਾਂ ਦੀਆਂ ਸਥਾਈ ਜੇਲ੍ਹਾਂ ਬਣਾਈਆਂ ਨੇ, ਜੋ ਕਿ ਟੈਂਪਰੇਰੀ ਤੌਰ 'ਤੇ ਜੇ ਕੋਈ ਕਿਸਾਨ ਅੰਦਰ ਦਾਖਲ ਹੁੰਦਾ ਤਾਂ ਉਹਨਾਂ ਨੂੰ ਇੱਥੇ ਡਿਟੇਨ ਕਰਕੇ ਰੱਖਿਆ ਜਾਵੇ। ਉਹਨਾਂ ਨੂੰ ਇੱਕ ਵਾਰ ਖੁੱਲ੍ਹੀ ਜੇਲ੍ਹ ਬਣਾਈ ਗਈ ਹੈ, ਖੁੱਲ੍ਹੇ ਇਸ ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਰੱਖਿਆ ਜਾ ਸਕਦਾ। ਹਾਲਾਂਕਿ ਅਧਿਕਾਰਿਕ ਤੌਰ 'ਤੇ ਪੁਲਿਸ ਦੇ ਇੰਸਪੈਕਟਰ ਨੇ, ਡਿਪਟੀ ਨੇ ਉਹ ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦੇ ਰਹੇ, ਪਰ ਜਿਸ ਤਰ੍ਹਾਂ ਦੀ ਸਾਨੂੰ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਇੱਥੇ ਪੁਲਿਸ ਵੱਡੀ ਗਿਣਤੀ ਲਾਉਣ ਦਾ ਕਾਰਨ ਇਹੀ ਕਿ ਅਗਰ ਕਿਸਾਨ ਡੱਬਵਾਲੀ ਦੇ ਅੰਦਰ ਦਾਖਲ ਹੁੰਦੇ ਨੇ, ਡੱਬਵਾਲੀ ਦੇ ਰਾਸਤੇ ਹੁੰਦੇ ਹੋਏ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਇਸ ਜਗ੍ਹਾ ਦੇ ਉੱਪਰ ਉਹਨਾਂ ਕਿਸਾਨਾਂ ਨੂੰ ਡਿਟੇਨ ਕਰਕੇ ਰੱਖਿਆ ਜਾਏਗਾ, ਹਿਰਾਸਤ 'ਚ ਰੱਖਿਆ ਜਾਏਗਾ। ਦੋ ਖੁੱਲ੍ਹੀਆਂ ਜੇਲ੍ਹਾਂ ਹਰਿਆਣਾ 'ਚ ਬਣਾਈਆਂ ਗਈਆਂ ਨੇ। ਡੱਬਵਾਲੀ ਦਾ ਗੁਰੂ ਗੋਬਿੰਦ ਸਿੰਘ ਪਾਰਕ ਹੈ, ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ, ਜਿਸ ਸਟੇਡੀਅਮ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ, ਔਰ ਇਸ ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਖੁੱਲ੍ਹੀ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਅਗਰ ਉਹ ਕਾਨੂੰਨ ਤੋੜਦੇ ਨੇ ਜਾਂ ਟਰਾਲੀਆਂ ਟਰੈਕਟਰ ਲੈ ਕੇ ਅੰਦਰ ਹਰਿਆਣਾ 'ਚ ਦਾਖਲ ਹੁੰਦੇ ਨੇ।